Pakistan Super League ਦਾ ਜਿਹੜਾ ਅੱਜ ਦਾ ਤੀਵਾਂ ਮੈਚ ਸੀ ਲਾਹੌਰ ਸਿਲੰਦਰ ਦੀ ਟੀਮ ਦਰਮਿਆਨ ਤਰਾਚੀ ਤਿੰਦੀ ਟੀਮ ਦਰਮਿਆਨ ਜਿਹੜਾ ਤੀਵਾਂ ਮੈਚ ਸੀ ਤਰਾਚੀ ਤਿੰਦੀ ਟੀਮ ਨੇ ਤਾਜ ਜਿੱਤ 35 ਦਰਮਿਆਨ ਫੈਸਲਾ ਕੀਤਾ। ਤਰਾਚੀ ਤਿੰਦੀ ਟੀਮ ਨੇ 20 ਓਵਰਾਂ ਵਿੱਚ 196 ਸਕੋਰ ਬਣਾਇਆ। ਤਰਾਚੀ ਤਿੰਦੀ ਟੀਮ ਤਰਫੋਂ 7 ਆਊਟ ਹੋਏ। 37 ਨੰਬਰ ਲਾਹੌਰ ਸਿਲੰਦਰ ਦੀ ਟੀਮ ਨੇ 35 ਦੀ ਲਾਹੌਰ ਸਿਲੰਦਰ ਦੀ ਟੀਮ ਨੇ 98 ਓਵਰ ਦੀ 5ਵੀਂ ਬਾਲ 'ਤੇ 78 ਸਕੋਰ ਬਣਾਇਆ। 110 ਸਕੋਰ ਬਣਾਇਆ ਲਾਹੌਰ ਸਿਲੰਦਰ ਦੀ ਟੀਮ ਨੇ। ਲਾਹੌਰ ਸਿਲੰਦਰ ਦੀ ਟੀਮ 110 ਦੇ ਆਲ ਆਊਟ ਹੋ ਗਈ। ਤਰਾਚੀ ਤਿੰਦਰੀ ਟੀਮ ਨੇ ਲਾਹੌਰ ਸਿਲੰਦਰ ਦੀ ਟੀਮ ਤੋਂ 86 ਸਕੋਰਾਂ ਤੋਂ ਅੱਜ ਦਾ ਮੈਚ ਜਿੱਤ ਲਿਆ। ਤਰਾਚੀ ਤਿੰਦਰੀ ਟੀਮ ਤੋਂ ਮੁਹੰਮਦ ਅਥਲਾਕ ਨੇ 36 ਬਾਲਾਂ 53 ਸਕੋਰ ਬਣਾਇਆ। ਮਾਰ ਵਸੀਮ ਨੇ 33 ਬਾਲਾਂ 'ਤੇ 45 ਸਕੋਰ ਬਣਾਇਆ। ਤੈਯਬ ਤਾਹਰ ਨੇ 23 ਬਾਲਾਂ 40 ਸਕੋਰ ਬਣਾਇਆ। ਲਾਹੌਰ ਸਿਲੰਦਰ ਦੀ ਟੀਮ ਤਰਫੋਂ ਹੁਸੈਨ ਤਲਦ ਨੇ 25 ਬਾਲਾਂ 25 ਸਕੋਰ ਬਣਾਇਆ। ਹਾਰਸ ਰਾਊਟ ਨੇ 14 ਬਾਲਾਂ 18 ਸਕੋਰ ਬਣਾਇਆ। ਫਤਿਹ ਜਮਾਨ ਨੇ 13 ਬਾਲਾਂ 13 ਸਕੋਰ ਬਣਾਇਆ। ਇਹ ਤੁਹਾਨੂੰ ਅੱਜ ਦੇ ਮੈਚ ਦੀ ਹਾਈਲਾਈਟ ਦੱਸਣ ਦਿਆਂ ਵਾਂ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਤਰਾਚੀ ਤਿੰਦਰੀ ਟੀਮ ਤਰਫੋਂ ਜਿਹੜੇ ਓਪਨਰ ਬੈਟਿੰਗ ਕਰਨ ਆਏ ਹੈਦਰ ਅਲੀ ਅਤੇ ਮੁਹੰਮਦ ਇਤਲਾਤ ਵੀ ਧਰਤੀ ਪਰ ਓਪਨਰ ਬੈਤੀ ਡਰਨ ਆਏ। ਹੈਦਰ ਅਲੀ ਨੇ 50 ਬਾਲਾਂ ਦੇ 38 ਸਕੋਰ ਬਣਾਇਆ। ਹੈਦਰ ਅਲੀ ਨੇ 2 ਚੌਥੇ ਲਾਏ। ਮੁਹੰਮਦ ਇਤਲਾਤ ਵੀ ਧਰਤੀ ਪਰ 36 ਬਾਲਾਂ 53 ਸਕੋਰ ਬਣਾਇਆ। ਮੁਹੰਮਦ ਇਤਲਾਤ ਨੇ 2 ਛੱਤੇ ਲਾਏ, 5 ਚੌਥੇ ਲਾਏ। ਤੈਯਬ ਤਾਹਰ ਨੇ 23 ਬਾਲਾਂ 40 ਸਕੋਰ ਬਣਾਇਆ। 4 ਚੌਥੇ ਲਾਏ ਅਤੇ ਤੈਯਬ ਤਾਹਰ ਨੇ ਇੱਥੇ ਛੱਤਾ ਲਾਇਆ। ਤਾਸ ਮਤਰਮ ਨੇ 3 ਬਾਲਾਂ 2 ਸਕੋਰ ਬਣਾਇਆ। ਮਾਰਵ ਸਿੰਘ ਕੈਪਟਨ ਨੇ 33 ਬਾਲਾਂ 45 ਸਕੋਰ ਬਣਾਇਆ। 6 ਚੌਥੇ ਲਾਏ ਮਾਰਵ ਸਿੰਘ ਕੈਪਟਨ ਨੇ। ਬੈਨ ਤਰਤੀਨ ਨੇ 14 ਬਾਲਾਂ 33 ਸਕੋਰ ਬਣਾਇਆ। 3-6 ਛੱਤੇ ਲਾਏ ਬੈਨ ਤਰਤੀਨ ਨੇ। 2 ਚੌਥੇ ਲਾਏ ਇਰਫਾਨ ਖਾਨ ਨੇ। 2 ਬਾਲਾਂ 0 ਸਕੋਰ ਬਣਾਇਆ। ਜੇਮਸ ਫੁੱਲਰ ਨੇ 50 ਬਾਲਾਂ 10 ਸਕੋਰ ਬਣਾਇਆ। 8 ਛੋਟਾ ਲਾਇਆ ਜੇਮਸ ਫੁੱਲਰ ਨੇ। ਮੁਹੰਮਦ ਉਮਰ ਨੇ 2 ਬਾਲਾਂ 33 ਸਕੋਰ ਬਣਾਇਆ। ਲਾਹੌਰ ਸਿਲੰਦਰ ਦੀ ਟੀਮ ਨੇ ਤਰਾਚੀ ਤਿੰਦੀ ਟੀਮ ਦੇ 86 ਸਕੋਰ ਦਿੱਤਾ। 6 ਸਕੋਰ 86 ਦਿੱਤਾ। ਤਰਾਚੀ ਤਿੰਦੀ ਟੀਮ ਨੇ 20 ਓਵਰਾਂ ਵਿੱਚ 77 ਸਕੋਰ ਬਣਾਇਆ। 196 ਸਕੋਰ ਬਣਾਇਆ। ਤਰਾਚੀ ਤਿੰਦੀ ਟੀਮ ਨੇ ਤਰਾਚੀ ਤਿੰਦੀ ਦੀ ਟੀਮ ਤਰਫੋਂ 7 ਆਊਟ ਹੋਏ। ਤਰਾਚੀ ਤਿੰਦੀ ਦੀ ਟੀਮ ਦੀ ਪਹਿਲੀ ਵਿਕਟ 9, ਦੂਸਰੀ ਵਿਕਟ 79, ਤੀਸਰੀ ਵਿਕਟ 83, ਚੌਥੀ ਵਿਕਟ 117, ਪੰਜਵੀਂ ਵਿਕਟ 169, ਛੇਵੀਂ ਵਿਕਟ 185, ਸੱਤਵੀਂ ਵਿਕਟ 193। ਲਾਹੌਰ ਸਿਲੰਦਰ ਦੀ ਟੀਮ ਤਰਫੋਂ ਜਿਨ੍ਹਾਂ ਨੇ ਬੋਲਿੰਗ ਕਰਾਈ, ਦਿਲਬਰ ਹੁਸੈਨ 3 ਓਵਰ ਰਹੇ, 37 ਸਕੋਰ ਦਿੱਤਾ। ਇੱਥੇ ਵਿਕਟ ਲਈ ਰਮਾਨ ਥਾਣੀ 4 ਓਵਰ ਰਹੇ, 39 ਸਕੋਰ ਦਿੱਤਾ, 2 ਵਿਕਟਾਂ ਲਈਆਂ। ਹਾਰਸ ਲੋਬ ਨੇ 4 ਓਵਰ ਰਹੇ, 52 ਸਕੋਰ ਦਿੱਤਾ, 2 ਵਿਕਟਾਂ ਲਈਆਂ। ਦਾਊਦ ਵਿਸਾ ਕੈਪਟਨ ਨੇ 1 ਓਵਰ ਕਰਾਇਆ, 6 ਸਕੋਰ ਦਿੱਤਾ। 9 ਵਿਕਟ ਰਾਸ਼ਦ ਖਾਨ ਨੇ 4 ਓਵਰ ਕਰਾਏ, 30 ਸਕੋਰ ਦਿੱਤਾ। 9 ਵਿਕਟ ਹੁਸੈਨ ਤਲਤ ਨੇ 3 ਓਵਰ ਕਰਾਏ, 24 ਸਕੋਰ ਦਿੱਤਾ, 2 ਵਿਕਟਾਂ ਲਈਆਂ। ਸ਼ੇਨ ਡਾਰਸਵਾਲ ਨੇ 1 ਓਵਰ ਕਰਾਇਆ, 8 ਸਕੋਰ ਦਿੱਤਾ, 9 ਵਿਕਟ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਲਾਹੌਰ ਸਿਲੰਦਰ ਦੀ ਟੀਮ ਤਰਫੋਂ ਜਿਹੜੇ ਓਪਨਰ ਬੈਟਿੰਗ ਕਰਨ ਆਏ, ਫਤਿਹ ਜਮਾਨ ਅਤੇ ਅਬਦੁੱਲਾ ਸ਼ਬੀਰ ਓਪਨਰ ਬੈਟਿੰਗ ਕਰਨ ਆਏ। ਫਤਿਹ ਜਮਾਨ ਨੇ 11 ਬਾਲਾਂ 13 ਸਕੋਰ ਬਣਾਇਆ ਅਤੇ ਛੱਤਾ ਲਾਇਆ। ਫਤਿਹ ਜਮਾਨ ਨੇ 8 ਚੋਟਾ ਲਾਇਆ, ਅਬਦੁੱਲਾ ਸ਼ਬੀਰ ਨੇ 6 ਬਾਲਾਂ 2 ਸਕੋਰ ਬਣਾਇਆ। ਤਾਮਰਾਨ ਦੁਲਾਮ ਨੇ 10 ਬਾਲਾਂ 11 ਸਕੋਰ ਬਣਾਇਆ, 8 ਛੱਤਾ ਲਾਇਆ। ਤਾਮਰਾਨ ਦੁਲਾਮ ਨੇ ਸੈਮ ਬਿਲੀ ਨੇ 13 ਬਾਲਾਂ 11 ਸਕੋਰ ਬਣਾਇਆ। ਹੁਸੈਨ ਤਲਤ ਨੇ 25 ਬਾਲਾਂ 25 ਸਕੋਰ ਬਣਾਇਆ। 4 ਛੋਟਾ ਲਾਇਆ ਹੁਸੈਨ ਤਲਤ ਨੇ। ਡੈਵਿਡ ਵਿਸਾ ਕੈਪਟਨ ਨੇ 7 ਬਾਲਾਂ 2 ਸਕੋਰ ਬਣਾਇਆ। ਸ਼ੇਨ ਡਾਰਸਵਾਲ ਨੇ 14 ਬਾਲਾਂ 3 ਸਕੋਰ ਬਣਾਇਆ। ਰਾਸ਼ਦ ਖਾਨ ਨੇ 13 ਬਾਲਾਂ 6 ਸਕੋਰ ਬਣਾਇਆ। 8 ਛੋਟਾ ਲਾਇਆ ਰਾਸ਼ਦ ਖਾਨ। ਹਾਰਸ ਰਾਊਟ ਨੇ 14 ਬਾਲਾਂ 18 ਸਕੋਰ ਬਣਾਇਆ। ਦਿਲਬਰ ਹੁਸੈਨ ਨੇ 3 ਬਾਲਾਂ 8 ਸਕੋਰ ਬਣਾਇਆ। 8 ਛੋਟਾ ਲਾਇਆ ਜ਼ਮਾਨ ਖਾਨ ਨੇ 7 ਬਾਲਾਂ 6 ਸਕੋਰ ਬਣਾਇਆ। 8 ਛੋਟਾ ਲਾਇਆ ਜ਼ਮਾਨ ਖਾਨ ਨੇ। ਤਰਾਚੀ ਤਿੰਦਰੀ ਟੀਮ ਨੇ ਲਾਹੌਰ ਸਿਲੰਦਰ ਟੀਮ ਨੂੰ 18 ਸਕੋਰ ਦਿੱਤਾ, 5 ਸਕੋਰ ਐਕਸਟਰਾ ਦਿੱਤਾ। ਲਾਹੌਰ ਸਿਲੰਦਰ ਟੀਮ ਨੇ 98 ਓਵਰ ਦੀ 5ਵੀਂ ਬਾਲ 'ਤੇ 77 ਸਕੋਰ ਬਣਾਇਆ, 110 ਸਕੋਰ ਬਣਾਇਆ। ਲਾਹੌਰ ਸਿਲੰਦਰ ਟੀਮ ਨੇ ਲਾਹੌਰ ਸਿਲੰਦਰ ਦੀ ਟੀਮ 110 ਦੇ ਆਲ ਆਊਟ ਹੋਈ। ਲਾਹੌਰ ਸਿਲੰਦਰ ਟੀਮ ਦੀ ਪਹਿਲੀ ਵਿਕਟ 16, ਦੂਸਰੀ 20, ਤੀਸਰੀ 33, ਚੌਥੀ 54, ਪੰਜਵੀਂ ਵਿਕਟ 66, ਸੱਤਵੀਂ 6ਵੀਂ ਵਿਕਟ 73, ਸੱਤਵੀਂ ਵਿਕਟ 74, 8ਵੀਂ ਵਿਕਟ 88, 9ਵੀਂ ਵਿਕਟ 110, 10ਵੀਂ ਵਿਕਟ 110। ਤਰਾਚੀ ਤਿੰਦਰੀ ਦੀ ਟੀਮ ਤਰਫੋਂ ਜਿਹਨਾਂ ਨੇ ਬੋਲਿੰਗ ਕਰਾਈ, ਮਾਰਵ ਸਿੰਘ ਕੈਪਟਨ ਨੇ 4 ਓਵਰ ਕਰਾਏ, 26 ਸਕੋਰ ਦਿੱਤਾ, 2 ਵਿਕਟਾਂ ਲਈਆਂ। ਆਤਮ ਜੁਵੇਦ ਨੇ 3 ਓਵਰ ਕਰਾਏ, 8 ਸਕੋਰ ਦਿੱਤਾ, 2 ਵਿਕਟਾਂ ਲਈਆਂ। ਮੁਹੰਮਦ ਉਮਰ ਨੇ 4 ਓਵਰ ਕਰਾਏ, 20 ਸਕੋਰ ਦਿੱਤਾ, 2 ਵਿਕਟਾਂ ਲਈਆਂ। ਜੇਮਸ ਫੁੱਲਰ ਨੇ 4 ਓਵਰ ਕਰਾਏ, 29 ਸਕੋਰ ਦਿੱਤਾ, 1 ਵਿਕਟ ਲਈ। ਇਮਰਾਨ ਤਾਹਰ ਨੇ 4 ਓਵਰ ਕਰਾਏ, 24 ਸਕੋਰ ਦਿੱਤਾ, 2 ਵਿਕਟਾਂ ਲਈਆਂ। ਇਹ ਤੁਹਾਨੂੰ ਅੱਜ ਦੇ ਮੈਚ ਦੀ ਹਾਈਲਾਈਟ ਦੱਸੀ ਆ। ਪਾਕਿਸਤਾਨ ਸੁਪਰ ਲੀਗ ਦਾ ਅੱਜ ਦਾ ਤੀਵਾਂ ਮੈਚ ਸੀ। ਲਾਹੌਰ ਸਿਲੰਦਰ ਟੀਮ ਦਰਮਿਆਨ ਅਤੇ ਤਰਾਚੀ ਤਿੰਦਰੀ ਟੀਮ ਦਰਮਿਆਨ ਅੱਜ ਦਾ ਤੀਵਾਂ ਮੈਚ ਸੀ। ਤਰਾਚੀ ਤਿੰਦਰੀ ਟੀਮ ਨੇ ਤਾਜ ਅਤੇ 35 ਦਰਮਿਆਨ ਫੈਸਲਾ ਕੀਤਾ। ਤਰਾਚੀ ਤਿੰਦਰੀ ਟੀਮ ਨੇ 20 ਓਵਰਾਂ ਵਿੱਚ 196 ਸਕੋਰ ਬਣਾਇਆ। ਤਰਾਚੀ ਤਿੰਦਰੀ ਦੀ ਟੀਮ ਤਰਫੋਂ 7 ਆਊਟ ਹੋਏ। 7 ਨੰਬਰ ਲਾਹੌਰ ਸਿਲੰਦਰ ਦੀ ਟੀਮ ਨੇ 35, ਲਾਹੌਰ ਸਿਲੰਦਰ ਦੀ ਟੀਮ ਨੇ 98 ਓਵਰ ਦੀ 5ਵੀਂ ਬਾਲ 'ਤੇ 77 ਸਕੋਰ ਬਣਾਇਆ, 110 ਸਕੋਰ ਬਣਾਇਆ। ਲਾਹੌਰ ਸਿਲੰਦਰ ਟੀਮ ਨੇ ਲਾਹੌਰ ਸਿਲੰਦਰ ਦੀ ਟੀਮ 110 ਦੇ ਆਲ ਆਊਟ ਹੋਏ। ਤਰਾਚੀ ਤਿੰਦਰੀ ਟੀਮ ਨੇ ਲਾਹੌਰ ਸਿਲੰਦਰ ਦੀ ਟੀਮ ਤੋਂ 86 ਸਕੋਰਾਂ ਤੋਂ ਅੱਜ ਦਾ ਮੈਚ ਜਿੱਤ ਲਿਆ। ਤਰਾਚੀ ਤਿੰਦਰੀ ਟੀਮ ਨੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟ ਦੇ ਵਿੱਚ ਆਪਣਾ ਫੀਡਬੈਕ ਲਾਜ਼ਮੀ ਦਿਓ। ਤਰਾਚੀ ਦਿੰਦੀ ਟੀਮ ਤਰਫੋਂ ਜਾਂ ਤੁਹਾਡਾ ਫੇਵਰਟ ਪਲੇਅਰ ਆ ਉਹਦਾ ਨਾਮ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਲਾਹੌਰ ਸਿਲੰਦਰ ਟੀਮ ਤਰਫੋਂ ਜਾਂ ਫੇਵਰਟ ਪਲੇਅਰ ਆ ਉਹਦਾ ਵੀ ਨਾਮ ਜੀ ਕਮੈਂਟ ਦੇ ਵਿੱਚ ਜ਼ਰੂਰ ਦੱਸੋ। ਵੀਡੀਓ ਨੂੰ ਲਾਈਕ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।